ਪਰਮੇਸ਼ੁਰ ਨੇ ਫਰਿਸ਼ਤਾ ਠਹਿਰਾਇਆ ਹੋਇਆ। ਮੁਸਲਮਾਨ ਕਹਿੰਦੇ ਦੋ, ਅਸੀਂ ਕਹਿੰਦੇ ਇੱਕ। ਜਦੋਂ ਅਸੀਂ ਦੁਆ 'ਚ ਬਹਿੰਦੇ ਹਾਂ, ਸਾਡੀ ਦੁਆ ਨੂੰ ਖੁਦਾ ਦਾ ਫਰਿਸ਼ਤਾ ਹੀ ਖੁਦਾ ਦੇ ਹਜ਼ੂਰ ਲੈ ਕੇ ਆਉਂਦਾ। ਜਿੰਨੀ ਦੇਰ ਤੱਕ ਅਸੀਂ ਆਮੀਨ ਕਹਿੰਦੇ, ਸਾਡੀ ਦੁਆ ਖਤਮ ਨਹੀਂ ਹੁੰਦੀ, ਠੀਕ ਹੈ ਜੀ। ਅਤੇ ਜਦੋਂ ਅਸੀਂ ਆਮੀਨ ਕਹਿ ਦਿੰਦੇ ਹਾਂ, ਉਹ ਸਾਡੀ ਦੁਆ ਨੂੰ ਖੁਦਾ ਦੇ ਹਜ਼ੂਰ ਪਹੁੰਚਾਉਂਦਾ ਹੈ। ਡੈਨੀਅਲ ਨੂੰ ਕਹਿ, ਤੇਰੀ ਦੁਆ ਜਦੋਂ ਤੂੰ ਕੀਤੀ ਸੀ ਉਸੇ ਵਕਤ ਸੁਣੀ ਗਈ ਸੀ। ਹਾਂਜੀ, ਜਵਾਬ ਕਿੰਨੇ ਦਿਨਾਂ ਬਾਅਦ ਲੈ ਕੇ ਆਇਆ? ਨਾਲ ਵਜ੍ਹਾ ਨੂੰ ਵੀ ਦੱਸਦਾ ਪਿਆ ਵੀ ਕਿਉਂ, ਠੀਕ ਹੈ। ਇਸ ਕਰਕੇ ਉਹ ਜਿਹੜਾ ਯੁੱਧ ਸੀਗਾ, ਉਹ ਦੁਆ ਰੂਪੀ ਯੁੱਧ ਸੀਗਾ, ਅਤੇ ਉਹਦੇ ਵਿੱਚ ਮਤਲਬ ਉਹਨੇ ਜਿੱਤ ਨੂੰ ਪ੍ਰਾਪਤ ਕੀਤਾ ਵੀ ਸਿਰਫ ਇੱਕੋ ਗੱਲ ਸੀਗੀ, ਸਾਰੀਆਂ ਦੀਆਂ ਸਾਰੀਆਂ ਬਰਕਤਾਂ ਮਾਂ ਦੀ ਤਲੀਮ ਦੇ ਵਿੱਚ ਰਹਿ ਕੇ ਲੈ ਚੁੱਕਾ ਸੀ। ਟੋਟਲ ਬਰਕਤਾਂ ਜਿੰਨੀਆਂ ਉਹਨੂੰ ਸਰੀਰਕ ਤੌਰ ਦੇ ਉੱਤੇ ਚਾਹੀਦੀਆਂ ਸੀਗੀਆਂ, ਪਰ ਯਕੂਬ ਨਾਂ ਦੀ ਜਿਹੜੀ ਲਾਹਨਤ ਸੀ ਉਹਦੇ ਉੱਤੋਂ ਹੱਟ ਨਹੀਂ ਸੀ ਰਹੀ। ਸਭ ਕੁਛ ਪ੍ਰਾਪਤ ਕਰਨ ਤੋਂ ਬਾਅਦ ਵੀ ਜਦੋਂ ਲੋਕ ਉਹਨੂੰ ਯਕੂਬ ਕਹਿ ਕੇ ਬੁਲਾਉਂਦੇ ਸੀ, ਤਾਂ ਉਹਦੇ ਦਿਲ ਨੂੰ ਦੁੱਖ ਹੁੰਦਾ ਸੀ ਵੀ ਸਭ ਕੁਛ ਪ੍ਰਾਪਤ ਕਰ ਲਿਆ, ਪਰ ਅਜੇ ਵੀ ਲੋਕਾਂ ਦੀ ਨਜ਼ਰ ਦੇ ਵਿੱਚ ਮੈਂ ਧੋਖੇਬਾਜ਼ ਹੀ ਹਾਂ। ਆਪਣੀ ਮਾਂ ਦੇ ਨਾਲ ਸਲਾਹਾਂ ਕਰਦਾ ਵੀ ਇਹ ਕਿੱਦਾਂ ਹਟੂਗਾ, ਅਤੇ ਮਾਂ ਦੀ ਤਲੀਮ ਇਹ ਕਹਿੰਦੀ ਆ ਵੀ ਪੁੱਤ ਜੋ ਮੈਂ ਤੈਨੂੰ ਆਸ਼ੀਸ਼ਾਂ ਦਵਾ ਸਕਦੀ ਸੀ ਉਹ ਤਾਂ ਮੈਂ ਦਿੱਤੀਆਂ ਦੁਆ, ਹੁਣ ਤੇਰੇ ਉੱਤੋਂ ਇਸ ਨਾਮ ਦੀ ਲਾਹਨਤ ਨੂੰ ਪਰਮੇਸ਼ੁਰ ਤੋਂ ਇਲਾਵਾ ਦੂਜਾ ਕੋਈ ਦੂਰ ਕਰ ਸਕਦਾ, ਅਤੇ ਜਿੱਦਣ ਪਰਮੇਸ਼ੁਰ ਦਾ ਫਰਿਸ਼ਤਾ ਤੇਰੇ ਕੋਲ ਆਵੇ ਤਾਂ ਤੇਰੇ ਨਾਲ ਗੱਲ ਕਰੇ, ਜੱਫਾ ਪਾ ਕੇ ਬਹਿ ਜੀ। ਉਹਨੂੰ ਕਹਿ ਦੇ ਵੀ ਭਾਈ ਇਸ ਲਾਹਨਤ ਨੂੰ ਤੂੰ ਮੇਰੇ ਤੋਂ ਹਟਾ। ਹਾਲੇਲੂਇਆ। ਹੁਣ ਜੱਫਾ ਕਿੱਦਾਂ ਪਾਉਣਾ? ਕਲਾਮ ਦੇ ਅਨੁਸਾਰ ਪਾਉਣਾ। ਆਤਮਿਕ ਯੁੱਧ ਕਿੱਦਾਂ ਅਸੀਂ ਲੜਦੇ ਹਾਂ? ਪਰ ਅਸੀਂ ਤੂੰ ਸੱਚੀਮੁੱਚ ਤੀਰ ਤਲਵਾਰ ਥੋੜ੍ਹੀ ਲੜਨ ਡੇ ਹਾਂ, ਕਲਾਮ ਦੀਆਂ ਉਹਨਾਂ ਵਰਸਾਂ ਨੂੰ ਲੈ ਕੇ ਅਸੀਂ ਆਤਮਿਕ ਯੁੱਧ ਦੇ ਵਿੱਚ ਫਤਿਹ ਪਾਉਂਦੇ ਹਾਂ। ਕਲਾਮ ਦੀ ਤਲਵਾਰ ਦਿੱਤੀ ਗਈ, ਉਹ ਨਜ਼ਰ ਆਉਂਦੀ ਵਚਨ ਨਾਲ ਵਚਨ ਟਕਰਾਉਂਦਾ। ਹਾਂਜੀ, ਵਚਨ ਦੇ ਨਾਲ ਵਚਨ ਟਕਰਾਉਂਦਾ ਹੈ। ਇਸੇ ਕਰਕੇ ਉਹ ਜਿਹੜੀ ਉਹਦੀ ਦੁਆ ਸੀਗੀ, ਉਹ ਦੁਆ ਨੂੰ ਅਸੀਂ ਉਹਦਾ ਯੁੱਧ ਕਹਿ ਸਕਦੇ ਹਾਂ। ਔਰ ਯੁੱਧ ਦੇ ਵਿੱਚ ਉਹਨੇ ਫਰਿਸ਼ਤੇ ਨੂੰ ਟਿਕਾਈ ਰੱਖਿਆ, ਜਾਣ ਨਹੀਂ ਦਿੱਤਾ ਉਹਨੂੰ। ਔਰ ਜਾਣ ਕੇ ਨਹੀਂ ਦਿੱਤਾ ਕਿਉਂਕਿ ਉਸ ਨਾਂ ਦੀ ਜਿਹੜੀ ਸੀਗੀ ਲਾਹਨਤ ਉਹਨੂੰ ਹਟਾਉਣਾ ਚਾਹੁੰਦਾ ਸੀ। ਇਸ ਕਰਕੇ ਜਦੋਂ ਵਾਰਤਾਲਾਪ ਹੋਏ ਤਾਂ ਕੀ ਗੱਲ ਕਹਿੰਦੇ, ਕਹਿੰਦੇ ਦੱਸ ਤੇਰੇ ਲਈ ਕੀ ਕੀਤਾ ਜਾਵੇ। ਉਹਨੇ ਕਿਹਾ ਵੀ ਤੂੰ ਮਨੁੱਖਾਂ ਦੇ ਨਾਲ ਅਤੇ ਪਰਮੇਸ਼ੁਰ ਦੇ ਨਾਲ ਯੁੱਧ ਕਰਕੇ ਜਿੱਤ ਗਿਆ, ਇਸ ਲਈ ਹੁਣ ਤੋਂ ਤੂੰ ਯਕੂਬ ਨਹੀਂ ਬਲਕਿ ਕੀ ਸਦਾਏਗਾ? ਇਹ ਲਿਖਿਆ ਨਾ, ਹੁਣ ਤੋਂ ਤੂੰ ਯਕੂਬ ਨਹੀਂ ਬਲਕਿ ਕੀ ਸਦਾਏਗਾ? ਉੱਥੇ ਦੋ ਰਾਏ ਕੋਈ ਹੈ ਨਹੀਂ। ਕੁਛ ਗੱਲਾਂ ਐਸੀਆਂ ਜਿਹੜੀਆਂ ਲਿਖੀਆਂ ਨਹੀਂ ਗਈਆਂ, ਲੇਕਿਨ ਅੱਜ ਆਤਮਾ ਦੇ ਜ਼ਰੀਏ ਸਾਡੇ ਉੱਤੇ ਉਹ ਗੱਲਾਂ ਪ੍ਰਗਟ ਹੁੰਦੀਆਂ। ਅਗਲਾ ਸਵਾਲ ਜੀ। ਹਾਂਜੀ ਬੋਲੋ ਜਲਦੀ। 66 ਜਬੂ ਯਸ਼ਾਇਆ 66 ਦੀ ਪਹਿਲੀ ਵਰਸ ਪੜ੍ਹ ਲਓ ਜੀ। 66 ਦੀ ਪਹਿਲੀ।